बीती 22 मई नूं गुरद्वारा कलगीधर सिंह सभा फेज 4 दे विच होए इक झगड़े की कवरेज कर रहे एक रोजाना अखबार के पत्रकार सरदार मेजर सिंह नूं थाणा फेज 1 की पुलिस वल्लों मौके तों जबरी चुके थाने ले जाण अते थाने ले जा के उसकी कुटमार करने मामले में पंजाब सरकार के गृह मामले अते न्याय विभाग वल्लों जिले के SSP तों रिपोर्ट मंगी है। इस संबंधी पंजाब सरकार के गृह मामले ते न्याय विभाग वालों जिले के SSP नूं लिखे पत्र विच कहा गया है कि गुरसिख पत्रकार मेजर सिंह नूं अणमनुखी तसद्दद देण अते ककारां दी बेअदबी संबंधी मामले विच इक हफ्ते विच रिपोर्ट भेजने लई कहा गया है। गृह ते न्याय मामले विभाग वालों यह पत्र बीती 16 जून नूं जारी किया गया सी जिहड़ा सरदार मेजर सिंह नूं अज ही हासिल होया है। इस संबंधी मेजर सिंह ने दस्सिया कि उन्हां वालों अपने नाल होई वधीकी अते कुटमार दे मामले दे विच कीतियां शिकायतां दी कारवाई करदिआं गृह ते न्याय मामले विभाग वालों SSP मोहाली तों रिपोर्ट मंगी है। उन्हें कहा कि पुलिस ने हुण तक उन्हां दी शिकायत ते वक्री FIR दर्ज नहीं की अते पुलिस दा रवैया दोषियों नूं बचाउण वाला ही रहा है। उन्हें कहा कि गृह ते न्याय विभाग की इस कार्रवाई के नाल उन्हां नूं आस पैदा हुई है कि पुलिस वल्लों उन्हां दी शिकायत ते लोड़ींदी कार्रवाई अमल विच लियांदी जाएगी। ਮਾੜੀ ਜਿਹੀ ਗੱਲ ਇਸ ਤਰ੍ਹਾਂ ਕਿ ਪਿਛਲੇ ਮਹੀਨੇ ਜਿਹੜੀ 22 ਤਰੀਕ ਨੂੰ ਮੇਰੇ 'ਤੇ ਪੁਲਿਸ ਵੱਲੋਂ ਅੰਨਾ ਤਸ਼ੱਦਦ ਕੀਤਾ ਗਿਆ ਸੀਗਾ। ਮੇਰੇ ਕਕਾਰਾਂ ਦੀ ਵੀ ਬੇਅਦਬੀ ਕੀਤੀ ਗਈ ਸੀਗੀ ਅਤੇ ਕਿਉਂਕਿ ਮੈਂ ਇੱਕ ਪੱਤਰਕਾਰ ਹਾਂ ਅਤੇ ਜਦੋਂ ਮੈਂ ਕੰਮ ਕਰ ਰਿਹਾ ਤਾਂ ਉਹਨਾਂ ਨੇ ਮੈਨੂੰ ਜਬਰੀ ਗੁਰਦੁਆਰਾ ਸਿੰਘ ਕਲਗੀਧਰ ਸਿੰਘ ਸਭਾ ਫੇਜ 4 'ਤੇ ਸਾਹਮਣਿਓਂ ਸੜਕ ਤੋਂ ਚੱਕਿਆ ਅਤੇ ਥਾਣੇ ਲਿਜਾ ਕੇ ਇਹ SI ਓਮ ਪ੍ਰਕਾਸ਼ ਅਤੇ SI ਅਮਰਨਾਥ ਮੈਨੂੰ ਚੱਕ ਕੇ ਲੈ ਗਏ ਅਤੇ ਉੱਥੇ ਜਾ ਕੇ ਕਿ SI ਓਮ ਪ੍ਰਕਾਸ਼ ਨੇ ਮੇਰੇ ਨਾਲ ਅੰਨਾ ਤਸ਼ੱਦਦ ਕੀਤਾ ਮੇਰੇ ਉੱਪਰ ਅਤੇ ਮੈਂ ਉਹਦੀ ਜਿਹੜੀ ਕਾਰਵਾਈ ਚੱਲ ਰਹੀ ਹੈ ਦਰਖਾਸਤਾਂ ਦਿੱਤੀਆਂ ਸਭ ਕੁਝ ਕੀਤਾ ਪਰ ਹਜੇ ਤੱਕ ਕੋਈ ਮੇਰੀ ਜ਼ਿਆਦਾ ਪੱਲੇ ਨਹੀਂ ਪਿਆ ਅਤੇ ਮੈਂ ਜਿਹੜੀ ਕਿ FIR ਦੀ ਜਿਹੜੀ ਗੱਲ ਕੀਤੀ ਸੀਗੀ ਕਿ ਮੇਰੀ FIR ਵੱਖਰੀ ਕੀਤੀ ਜਾਵੇ ਕਿਉਂਕਿ ਮੇਰਾ ਮੈਨੂੰ ਬਾਹਰੋਂ ਸੜਕ ਤੋਂ ਚੱਕਿਆ ਗਿਆ ਕਵਰੇਜ ਕਰਦੇ ਨੂੰ ਅਤੇ ਮੈਨੂੰ ਥਾਣੇ ਲਿਜਾ ਕੇ ਕੁੱਟਿਆ ਗਿਆ ਜਿਹੜਾ ਕਿ ਮੇਰਾ ਉਸ ਮਸਲੇ ਨਾਲ ਕੋਈ ਲੈਣ ਦੇਣ ਨਹੀਂ ਪਰ ਇਹਨਾਂ ਨੇ ਉਹ FIR ਦੇ ਨਾਲ ਜਿਹੜੀ ਕਿ ਮੇਰੀ ਇੱਕ ਬਿਆਨ ਲਗਾ ਕੇ ਅਤੇ ਉਹਦੇ 'ਤੇ ਜਿਹੜੀ ਕਾਰਵਾਈ ਕੀਤੀ ਹੈ। ਅਤੇ ਦੂਜੀ ਗੱਲ ਇਹ ਹੈ ਕਿ ASI ਓਮ ਪ੍ਰਕਾਸ਼ ਦੇ ਉੱਪਰ 295 ਏ ਵੀ ਲੱਗ ਗਈ ਹੈ ਅਤੇ ਜਿਹੜਾ ASI ਅਮਰਨਾਥ ਉਹ ਵੀ ਸਸਪੈਂਡ ਕੀਤਾ ਹੈ ਪਰ ਹਜੇ ਤੱਕ ਅੱਗੇ ਕੋਈ ਕਾਰਵਾਈ ਨਹੀਂ ਹੋਈ ਜਦਕਿ ਇਹਨਾਂ ਨੂੰ ਪੁਲਿਸ ਨੂੰ ਚਾਹੀਦਾ ਸੀ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਦੇ। ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਪਰ ਮੈਨੂੰ ਜਿਹੜੀ ਹੈ ਕਿ ਗ੍ਰਹਿ ਮੰਤਰਾਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਤੋਂ ਮੈਨੂੰ ਜਿਹੜੀ ਹੈ ਕਿ ਇੱਕ ਪੱਤਰ ਮੈਨੂੰ ਪ੍ਰਾਪਤ ਹੋਇਆ ਡਾਕ ਦੇ ਰਾਹੀਂ ਅਤੇ ਇਹ ਜਿਹੜਾ ਪੱਤਰ ਹੈ ਕਿ SSP ਮੋਹਾਲੀ ਨੂੰ ਲਿਖਿਆ ਗਿਆ ਜਿਹਦੇ ਵਿੱਚ ਗ੍ਰਹਿ ਮੰਤਰਾਲੇ ਅਤੇ ਨਿਆਂ ਵਿਭਾਗ ਨੇ ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਸਾਨੂੰ ਇੱਕ ਹਫ਼ਤੇ ਦੇ ਵਿੱਚ ਜਿਹੜਾ ਕਿ ਮੇਜਰ ਸਿੰਘ ਦੇ ਸੰਬੰਧ ਮਾਮਲੇ ਜਿਹੜੀ ਕਾਰਵਾਈ ਦੱਸੀ ਜਾਵੇ ਕੀ ਕੀਤੀ ਗਈ ਕਿਉਂਕਿ ਇਹ 'ਚ ਉਹਨਾਂ ਨੇ ਸਾਫ਼ ਲਿਖਿਆ ਵਿਸ਼ਾ ਜਿਹੜਾ ਲਿਖਿਆ ਇਹਦੇ ਵਿੱਚ ਗੁਰਸਿੱਖ ਪੱਤਰਕਾਰ ਮੇਜਰ ਸਿੰਘ ਨੂੰ ਅਣਮਨੁੱਖੀ ਤਸ਼ੱਦਦ ਦੇਣ ਅਤੇ ਕਕਾਰਾਂ ਦੀ ਬੇਅਦਬੀ ਸੰਬੰਧੀ। ਸੋ ਮੇਰੇ ਕੋਲ ਤਾਂ ਹਜੇ ਤੱਕ ਕੋਈ ਜਵਾਬ ਆਇਆ ਨਹੀਂ ਗਾ ਕੋਈ ਵੀ ਮੈਨੂੰ ਪੱਤਰ ਨਹੀਂ ਆਇਆ SSP ਦਫ਼ਤਰ ਤੋਂ ਇਹ ਤਾਂ ਬਾਕੀ ਗ੍ਰਹਿ ਵਿਭਾਗ ਅਤੇ ਗ੍ਰਹਿ ਮੰਤਰਾਲੇ ਅਤੇ ਨਿਆਂ ਵਿਭਾਗ ਨੂੰ ਇਹਨਾਂ ਨੇ ਭੇਜਿਆ ਜਾਂ ਨਹੀਂ ਭੇਜਿਆ ਉਹ ਇਹੀ ਦੱਸ ਸਕਦੇ ਨੇ।